ਅਸੀਂ ਸਰਦਾਰ ਭਗਤ ਸਿੰਘ ਜੀ ਵਰਗੇ ਸਰਦਾਰ ਊਧਮ ਸਿੰਘ ਜੀ ਵਰਗੇ ਲਾਲਾ ਲਾਜਪਤ ਰਾਏ ਜੀ ਵਰਗੇ ਸਰਦਾਰ ਕਰਤਾਰ ਸਿੰਘ ਵਰਗੇ ਯੋਧੇ ਪੈਦਾ ਕੀਤੇ ਜਿਨ੍ਹਾਂ ਦੀ ਕੁਰਬਾਨੀ ਦਾ ਸਦਕਾ ਆਪਾਂ ਅੱਜ ਆਜ਼ਾਦੀ ਦਾ ਨਿੱਕ ਜਿਹੜਾ ਮਾਰ ਰਹੇ ਕਿ ਜਿਹੜਾ ਸੁਪਨਾ ਸੀ ਇਹ ਬਹਾਦਰ ਯੋਧਿਆਂ ਦਾ ਕੁਰਬਾਨੀ ਕਰਨ ਵਾਲਿਆਂ ਦਾ ਕਿ ਚਲੋ ਅਸੀਂ ਤਾਂ ਸ਼ਹੀਦ ਹੋ ਗਏ ਜਾਂ ਹੋ ਜਾਣਾ ਪਰ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਤਾਂ ਇੱਥੇ ਨਾ ਗਰੀਬੀ ਰਹੇਗੀ ਨਾ ਅਨਪੜ੍ਹਤਾ ਰਹੇਗੀ ਨਾ ਬੇਰੁਜ਼ਗਾਰੀ ਰਹੇਗੀ ਨਾ ਇੱਥੇ ਕਰਪਸ਼ਨ ਹੋਏਗੀ ਕੁਰਬਾਨੀ ਨਹੀਂ ਦਿੱਤੀ ਵੱਧ ਸਭ ਤੋਂ ਪਰ ਪੰਜਾਬ ਨੂੰ ਉੱਜੜਨਾ ਵੀ ਪਿਆ ਅੱਧਾ ਪੰਜਾਬ ਜਿਹੜਾ ਸਾਡਾ ਦਰਖੇਸ ਸੀ ਜਿੱਥੇ ਸਾਡੇ ਪੰਜਾਬ ਦਾ ਰਾਜਧਾਨੀ ਲਾਹੌਰ ਸੀ ਉੱਥੋਂ ਸਾਨੂੰ ਘਰ ਬਾਰ ਛੱਡਣੇ ਪੰਜਾਬ ਹੋਮਗਾਰਡ ਵੱਲੋਂ ਕਿੱਦਾਂ ਮਤਲਬ ਕਿ ਤੁਸੀਂ ਸੰਯੋਗ ਕਰ ਰਹੇ ਹੋ ਆਪਣੇ ਉਹਨਾਂ ਲਾਈਨ ਦੀ ਡਿਊਟੀ ਕਰਕੇ ਨਾ ਨਾਲ ਮੁੱਢੇ ਜਿਹੜਾ ਜੋ ਕਰ ਰਹੇ ਹੋ ਜਿੱਦਾਂ ਪੰਜਾਬ ਪੁਲਿਸ ਨੂੰ ਸੁਵਿਧਾਵਾਂ ਮਿਲੀਆਂ ਜਾਂ ਉੱਦਾਂ ਹੋਮਗਾਰਡ ਨੂੰ ਵੀ ਕਿ ਇੱਦਾਂ ਦੇ ਕੋਈ ਮਿਲਦੀ ਹੈ ਸਾਡੀ ਆਪਣੀ ਕੋਸ਼ਿਸ਼ ਜਾਰੀ ਹੈ ਵੀ ਸਰਦਾਰ ਸਾਨੂੰ ਜਿਹੜੀ ਹੈ ਦਿੱਤੀ ਜਾਵੇ ਨਾਲ
ਸਾਡੇ ਬਹੁਤ ਹੀ ਸਤਿਕਾਰਯੋਗ ਅਫਸਰ ਸਰਦਾਰ ਕੁੰਦਰ ਸਿੰਘ ਜੀ ਢਿੰਡ ਜਿਨ੍ਹਾਂ ਨੇ ਸਾਨੂੰ ਇਸ ਮਾਣ ਲਈ ਸਨਮਾਨ ਕਰਕੇ ਸਾਡਾ ਬਹੁਤ ਮਾਣ ਵਧਾਇਆ। ਦੇਖਿਆ ਗਿਆ ਨਾ ਵੀ ਹੋਮਗਾਰਡ ਵਾਲੇ ਕੁਝ ਜ਼ਿਆਦਾ ਹੀ ਆਪਣੀ ਡਿਊਟੀਆਂ ਇਹਨਾਂ ਨਾਲ ਹੱਟ ਕੇ ਕਰਦੇ ਆ, ਬਹੁਤ ਵਧੀਆ ਡਿਊਟੀ ਕਰ ਰਹੇ ਜੀ, ਉਹਨਾਂ ਦੇ ਨਾਲ ਲੜ ਕੇ ਕਰਦੇ ਆ ਜੀ। ਸਰਕਾਰ ਨੂੰ ਵੀ ਚਾਹੀਦਾ ਵੀ ਸਾਡੇ ਨੇ ਜੋ ਉਹਨਾਂ ਦਾ ਬਣਦਾ ਹੱਕ ਹੈ ਉਹਨੂੰ ਦਿੱਤਾ ਜਾਵੇ, ਆਗੂ ਇਹਨਾਂ ਦੀ ਮੰਗ ਵੀ ਖਰਚੇ। ਅਮਰਜੀਤ ਸਿੰਘ, ਨਿਰਮਲ ਪਾਰਕ,